ਗਿਆ, ਉਹਨਾਂ ਨੂੰ ਕਿਹਾ ਵੀ ਗਿਆ ਕਿ ਇਸ ਤਰ੍ਹਾਂ ਨਾ ਕਰੋ। ਪਰ ਜਦੋਂ ਬੱਸੋਂ ਬਾਹਰ ਹੋ ਗਈ ਗੱਲ ਤਾਂ ਉਹਨਾਂ ਨੇ ਮਤਲਬ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਉਹ ਪਹਿਲੀ ਦੁਨੀ ਕਿਸੇ ਨਾ ਕਿਸੇ ਅਹੁਦੇ ਦੇ ਲਾਲਚੀ ਸੀ। ਜਿਸ ਵੇਲੇ LOP ਫੂਲਕਾ ਸਾਹਿਬ ਨੂੰ ਬਣਾਇਆ ਗਿਆ ਉਦੋਂ ਵੀ ਉਹਨਾਂ ਦਾ ਇਤਰਾਜ਼ ਕੀਤਾ ਸੀ ਉੱਥੇ ਕਿ ਮੈਨੂੰ ਕਿਉਂ ਨਹੀਂ ਬਣਾਇਆ। ਜਿਸ ਵੇਲੇ ਮੈਨੂੰ ਪ੍ਰਧਾਨ ਬਣਾਇਆ ਗਿਆ ਪਾਰਟੀ ਦਾ ਇਲੈਕਸ਼ਨ ਤੋਂ ਬਾਅਦ 8 ਮਈ ਨੂੰ, ਉਸ ਵੇਲੇ ਉਹਨਾਂ ਨੇ ਚੀਫ ਵਿਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਇਸੇ ਨਾਰਾਜ਼ਗੀ 'ਚ। ਸੋ ਉਹਨਾਂ ਦੀ ਇਹ ਗੱਲ ਕਹਿਣੀ ਕਹਿਣੀ ਹੋਰ ਹੈ, ਉਹਨਾਂ ਦੀ ਕਰਨੀ ਹੋਰ ਹੈ ਕਿ ਮੈਂ ਇਹੋ ਜਿਹੇ 100 ਅਹੁਦਿਆਂ ਨੂੰ ਲੱਤ ਮਾਰਦਾ। ਅੱਜ ਵੀ ਮੈਂ ਕਹਿੰਦਾ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਤਾ, ਪਰ ਉਸੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਤੁਸੀਂ MLA ਹੋ ਪਲੱਥ ਤੋਂ, ਉਹ ਤੋਂ ਕਿਉਂ ਨਹੀਂ ਅਸਤੀਫਾ ਦਿੰਦੇ ਤੁਸੀਂ? ਤੁਸੀਂ ਅਹੁਦਾ ਛੱਡੋ ਨਾ ਪਹਿਲਾਂ, ਤੁਸੀਂ ਅਹੁਦਾ ਛੱਡ ਕੇ ਲਾਲਚ ਤਿਆਗੋ ਪਹਿਲਾਂ ਤਾਂ। ਤੁਸੀਂ ਅਹੁਦਾ ਛੱਡ ਕੇ ਆਪਣੀ ਪਾਰਟੀ ਬਣਾ ਕੇ ਪਲੱਥ ਤੋਂ ਬਾਈ ਇਲੈਕਸ਼ਨ ਲੜੋ, ਕਿਉਂਕਿ ਉਹਨਾਂ ਨੂੰ ਸ਼ੀਸ਼ਾ ਦਿਖਾਤਾ ਉਹਨਾਂ ਦੇ ਆਪਦੇ ਪਿੰਡ ਦੇ ਜੱਦੀ ਪਿੰਡ ਦੇ ਲੋਕਾਂ ਨੇ ਸਰਪੰਚੀ ਦੇ ਇਲੈਕਸ਼ਨਾਂ 'ਚ, ਤਾਂ ਸ਼ਾਇਦ ਉਹਨਾਂ ਦਾ ਮਨ ਬਦਲ ਗਿਆ ਹੋਵੇ ਕਿ ਮੈਂ ਨਹੀਂ ਇੱਦਾਂ ਕਰਨਾ। ਸੋ ਇੱਕ ਪੜ੍ਹੇ ਲਿਖੇ ਦਲਿਤ ਸਾਡੇ MLA ਸਾਹਿਬ ਜਿਹੜੇ ਹਰਪਾਲ ਚੀਮਾ ਜਦੋਂ ਬਣਾਏ, ਉਹਨਾਂ ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਕਿ ਨਹੀਂ ਮੈਨੂੰ ਮੈਂ ਰਹਿਣਾ ਚਾਹੀਦਾ ਸੀਗਾ। ਸੋ ਨਾਲੇ ਕਹਿੰਦੇ ਵੀ ਮੈਂ ਅਹੁਦੇ ਦਾ ਕੋਈ ਭੁੱਖਾ ਨਹੀਂ। ਪਾਰਟੀ 'ਚ ਜ਼ਿੰਮੇਦਾਰੀਆਂ ਬਦਲਦੀਆਂ ਰਹਿੰਦੀਆਂ ਨੇ, ਇੱਛਾ ਪੂਰੀ ਨਹੀਂ ਹੁੰਦੀ ਕਿਸੇ ਦੀ। ਸੋ ਅੱਜ ਉਹਨਾਂ ਦੁਆਰਾ ਆਹ ਜਿਹੜਾ ਮੁੱਢਲੀ ਮੈਂਬਰਸ਼ਿਪ ਵਾਲਾ ਡਰਾਮਾ ਕਰਨਾ, ਇਹ ਸਿਰਫ ਮੈਂ ਇਹਨੂੰ ਡਰਾਮਾ ਹੀ ਕਹੂੰਗਾ। ਔਰ ਜੇ ਉਹਨਾਂ ਨੇ ਪੰਜਾਬ ਦੀ ਸੇਵਾ ਜਾਂ ਕੋਈ ਜੋ ਵਟ ਐਵਰ ਕਹਿੰਦੇ ਨੇ ਤਾਂ ਫਿਰ ਉਹ